ਹੈਗਾ ਜੀ ਕੰਡੀਸ਼ਨਸ ਫੋਰ ਸਸਟੇਨਡ ਇੰਟਰਫੇਰੈਂਸ ਹੈ ਨਾ, ਤਾਂ ਮੈਂ ਕਰਵਾਉਣਾ ਤੁਹਾਨੂੰ। ਸੋ ਇਨ ਆਰਡਰ ਟੂ ਅਬਜ਼ਰਵ ਐਨ ਇੰਟਰਫੇਰੈਂਸ ਪੈਟਰਨ ਇਟ ਇਜ਼ ਨੈਸੈਸਰੀ ਡੈਟ ਪੋਜੀਸ਼ਨ ਔਫ ਮੈਕਸੀਮ ਐਂਡ ਮਿਨੀਮਮ ਡੂ ਨੋਟ ਕੀਪ ਔਨ ਚੇਂਜਿੰਗ ਵਿਦ ਟਾਈਮ। ਠੀਕ ਆ, ਮੈਕਸੀਮਮ ਦੀ ਪੋਜੀਸ਼ਨ ਚੇਂਜ ਨਹੀਂ ਹੋਣੀ ਚਾਹੀਦੀ, ਅਦਰਵਾਈਜ਼ ਦਾ ਮੈਕਸੀਮਮ ਐਂਡ ਮਿਨੀਮਮ ਆਫ ਇੰਟੈਂਸਿਟੀ ਵਿਲ ਮਿਕਸ ਅਪ ਟੂ ਪ੍ਰੋਡਿਊਸ ਯੂਨੀਫਾਰਮ ਇਲੂਮੀਨੇਸ਼ਨ। ਠੀਕ ਆ, ਮਤਲਬ ਉਹਨਾਂ ਦੀ ਇੰਟੈਂਸਿਟੀ ਜਿਹੜੀ ਹੈ ਪੋਜੀਸ਼ਨ ਵੀ ਨਹੀਂ ਚੇਂਜ ਹੋਣੀ ਚਾਹੀਦੀ, ਇੰਟੈਂਸਿਟੀ ਵੀ ਚੇਂਜ ਨਹੀਂ ਹੋਣੀ ਚਾਹੀਦੀ। ਠੀਕ ਹੈ ਜੀ, ਮੈਕਸੀਮਮ ਮਿਨੀਮਮ ਇੰਟੈਂਸਿਟੀ ਆਨ ਅਬਜ਼ਰਵੇਸ਼ਨ ਸਕਰੀਨ ਡੂ ਨੋਟ ਚੇਂਜ ਵਿਦ ਟਾਈਮ ਸੱਚ ਇਟਸ ਕਾਲਡ ਸਸਟੇਨਡ ਔਰ ਪਰਮਾਨੈਂਟ ਇੰਟਰਫੇਰੈਂਸ ਪੈਟਰਨ। ਮਤਲਬ ਨਾ ਤਾਂ ਮੈਕਸੀਮਮ ਮਤਲਬ ਜਿਹੜੀ ਬ੍ਰਾਈਟ ਫਰਿੰਜ ਆ, ਮਿਨੀਮਮ ਮਤਲਬ ਜਿਹੜੀ ਡਾਰਕ ਫਰਿੰਜ ਆ, ਉਹਨਾਂ ਦੀ ਪੋਜੀਸ਼ਨ ਵੀ ਨਹੀਂ ਚੇਂਜ ਹੋਣੀ ਚਾਹੀਦੀ ਅਤੇ ਉਹਨਾਂ ਦੀ ਇੰਟੈਂਸਿਟੀ ਵੀ ਚੇਂਜ ਨਹੀਂ ਹੋਣੀ ਚਾਹੀਦੀ। ਉਸ ਨੂੰ ਆਪਾਂ ਇੰਟਰਫੇਰੈਂਸ ਪੈਟਰਨ ਕੀ ਕਹਾਂਗੇ, ਸਸਟੇਨਡ ਔਰ ਪਰਮਾਨੈਂਟ ਇੰਟਰਫੇਰੈਂਸ ਪੈਟਰਨ। ਸੋ ਉਹਦੀਆਂ ਕੰਡੀਸ਼ਨਸ ਕੀ ਹੈਗੀਆਂ ਨੇ, ਫਸਟ ਕੰਡੀਸ਼ਨ ਹੈਗੀ ਆ ਦਾ ਟੂ ਸੋਰਸਿਸ ਸ਼ੁੱਡ ਕੰਟੀਨਿਊਸਲੀ ਇਮਿਟ ਵੇਵਸ ਔਫ ਸੇਮ ਫਰੀਕੁਐਂਸੀ ਔਰ ਵੇਵਲੈਂਥ। ਜਿਹੜੇ ਕੋਹਰੈਂਟ ਸੋਰਸਿਸ ਸੀ ਉਹ ਸੇਮ ਫਰੀਕੁਐਂਸੀ ਅਤੇ ਵੇਵਲੈਂਥ ਦੀਆਂ ਜਿਹੜੀਆਂ ਹੈਗੀਆਂ ਨੇ ਵੇਵਸ ਉਹ ਇਮਿਟ ਕਰੇ। ਸੈਕਿੰਡ, ਟੂ ਸੋਰਸਿਸ ਔਫ ਲਾਈਟ ਸ਼ੁੱਡ ਬੀ ਕੋਹਰੈਂਟ। ਜਿਵੇਂ ਹੀ ਜੰਗ ਡਬਲ ਸਲਿਟ ਐਕਸਪੈਰੀਮੈਂਟ ਦੇ ਵਿੱਚ ਕੀਤਾ, ਇੱਕ ਸੋਰਸ ਤੋਂ ਹੀ ਕੋਹਰੈਂਟ ਸੋਰਸ ਬਣਾਏ, ਕਿਵੇਂ ਸਲਿਟਸ ਲਗਾ ਕੇ ਹੈ ਨਾ, ਅਤੇ ਉਹਨਾਂ ਦਾ ਕੋਂਸਟੈਂਟ ਫੇਸ ਡਿਫਰੈਂਸ ਹੋਵੇ ਜਾਂ ਜ਼ੀਰੋ ਫੇਸ ਡਿਫਰੈਂਸ ਹੋਵੇ। ਠੀਕ ਆ, ਦੋਨਾਂ ਦਾ ਫੋਰ ਏ ਬੈਟਰ ਕੰਟਰਾਸਟ ਬਿਟਵੀਨ ਮੈਕਸੀਮਮ ਐਂਡ ਮਿਨੀਮਮ ਇੰਟੈਂਸਿਟੀ ਦਾ ਐਂਪਲੀਟਿਊਡ ਆਫ ਨਾ ਇੰਟਰਫੇਰੈਂਸ ਵੇਵ ਸ਼ੁੱਡ ਬੀ ਇਕੁਅਲ। ਹੋ ਸਕੇ ਤਾਂ ਜਿਹੜੇ ਬ੍ਰਾਈਟ ਫਰਿੰਜ, ਜਿਵੇਂ ਦੋਨਾਂ ਦਾ ਐਂਪਲੀਟਿਊਡ ਜਿਹੜਾ ਉਹ ਸੇਮ ਹੋਣਾ ਚਾਹੀਦਾ। ਜਿਹੜੀਆਂ ਦੋਨੋਂ ਵੇਵਸ ਆ ਰਹੀਆਂ ਨੇ, ਦੋ ਕੋਹਰੈਂਟ ਸੋਰਸਿਸ ਤੋਂ ਆਪਣੇ ਕੋਲ ਵੇਵ ਆ ਰਹੀਆਂ ਨੇ, ਜਿਵੇਂ ਇਹ ਨੇ, ਇਹਨਾਂ ਦੋਨਾਂ ਦਾ ਕੀ ਹੈ ਐਂਪਲੀਟਿਊਡ ਕੀ ਹੋਣਾ ਚਾਹੀਦਾ, ਮਤਲਬ ਸੇਮ ਹੋਵੇ ਤਾਂ ਵਧੀਆ ਗੱਲ ਆ। ਦ ਟੂ ਸੋਰਸਿਸ ਸ਼ੁੱਡ ਬੀ ਨੈਰੋ, ਅਦਰਵਾਈਜ਼ ਇੰਟਰਫੇਰੈਂਸ ਵਿਲ ਅਕਰ ਬਿਟਵੀਨ ਵੇਵਸ ਆਫ ਡਿਫਰੈਂਟ ਪਾਰਟਸ ਆਫ ਸੇਮ ਸੋਰਸ ਐਂਡ ਕੰਟਰਾਸਟ ਵਿਲ ਬੀ ਪੂਅਰ। ਦ ਇੰਟਰਫੇਰੈਂਸ ਵੇਵ ਮਸਟ ਟਰੈਵਲ ਨੀਅਰਲੀ ਲੌਂਗ ਦ ਸੇਮ ਡਾਇਰੈਕਸ਼ਨ, ਸੇਮ ਡਾਇਰੈਕਸ਼ਨ 'ਚ ਜਾਣ, ਦ ਸੋਰਸ ਸ਼ੁੱਡ ਬੀ ਮੋਨੋਕ੍ਰੋਮੈਟਿਕ, ਮੋਨੋਕ੍ਰੋਮੈਟਿਕ ਮੀਨਸ ਸਿੰਗਲ ਵੇਵ ਲੈਂਥ, ਮੋਨੋਕ੍ਰੋਮੈਟਿਕ। ਠੀਕ ਹੈ ਜੀ, ਅਦਰਵਾਈਜ਼ ਫਰਿੰਜਿਸ ਆਫ ਡਿਫਰੈਂਟ ਕਲਰ ਵਿਲ ਓਵਰਲੈਪ ਜਸਟ ਟੂ ਗਿਵ ਏ ਫਿਊ ਅਬਜ਼ਰਵੇਸ਼ਨ ਆਫ ਫਰਿੰਜਿਸ। ਨੈਕਸਟ, ਦ ਇੰਟਰਫੇਰਿੰਗ ਵੇਵ ਸ਼ੁੱਡ ਬੀ ਇਨ ਦ ਸੇਮ ਸਟੇਟ ਆਫ ਪੋਲਰਾਈਜੇਸ਼ਨ ਟੂ ਹੈਵ ਸਫੀਸ਼ੀਐਂਟ ਫਰਿੰਜ ਵੇਟ, ਦ ਡਿਸਟੈਂਸ ਬਿਟਵੀਨ ਦ ਟੂ ਕੋਹੇਰੈਂਟ ਕੋਰਸਿਸ ਸ਼ੁੱਡ ਬੀ ਸਮਾਲ ਐਂਡ ਡਿਸਟੈਂਸ ਬਿਟਵੀਨ ਦ ਟੂ ਸੋਰਸਿਸ ਐਂਡ ਸਕਰੀਨ ਸ਼ੁੱਡ ਬੀ ਲਾਰਜ। ਮਤਲਬ ਜਿਹੜੀ ਵੇਟਥ ਆ, ਜ਼ਿਆਦਾ ਵੇਟਥ ਲੈਣ ਵਾਸਤੇ ਸਮਾਲ ਡੀ ਜਿਹੜਾ ਵਾ ਇਹ ਕੀ ਹੋਣਾ ਚਾਹੀਦਾ, ਸਮਾਲ ਹੋਣੀ ਚਾਹੀਦੀ ਇਹਦੀ ਵੈਲਿਊ, ਇਹਦੀ ਕੀ ਹੋਣੀ ਚਾਹੀਦੀ ਆ ਲਾਰਜ ਵੈਲਿਊ ਹੋਣੀ ਚਾਹੀਦੀ ਹੈ। ਠੀਕ ਹੈ ਜੀ, ਇਹ ਹੈਗੀ ਤੁਹਾਡੀ ਸਸਟੇਨਡ ਇੰਟਰਫੇਰੈਂਸ। ਇਹ ਤੁਹਾਡਾ ਪੈਟਰਨ ਹੈਗਾ ਇੰਟੈਂਸਿਟੀ ਦਾ, ਡਿਸਟੈਂਸ ਹੈ ਨਾ ਸੈਂਟਰ ਤੋਂ, ਇੱਥੇ ਮਿਨੀਮਾ ਮੈਕਸੀਮਾ ਬ੍ਰਾਈਟ ਫਰਿੰਜ ਡਾਰਕ ਫਰਿੰਜ ਬ੍ਰਾਈਟ ਡਾਰਕ। ਠੀਕ ਹੈ ਜੀ, ਇੱਥੇ ਬ੍ਰਾਈਟ ਆ ਮੈਕਸ ਸੈਂਟਰ ਵਾਲਾ, ਫਿਰ ਡਾਰਕ ਬ੍ਰਾਈਟ ਡਾਰਕ ਬ੍ਰਾਈਟ। ਠੀਕ ਆ, ਇੰਟੈਂਸਿਟੀ ਸੇਮ ਰਹਿੰਦੀ ਹੈ ਸਾਰੀਆਂ ਫਰਿੰਜਿਸ ਦੀ, ਇਹ ਨਹੀਂ ਕਿ ਇਹਦੀ ਇੰਟੈਂਸਿਟੀ ਘੱਟ ਹੋਏਗੀ ਇਹਦੀ ਵੱਧ ਹੋਏਗੀ ਜਾਂ ਇਹਦੀ ਘੱਟ ਹੋਈ ਵੱਧ ਹੋਏਗੀ, ਸਾਰਿਆਂ ਦੀ ਇੰਟੈਂਸਿਟੀ ਕੀ ਹੁੰਦੀ ਹੈ, ਜਿੰਨੀਆਂ ਬ੍ਰਾਈਟ ਫਰਿੰਜ ਹੈਗੀਆਂ ਸਾਰਿਆਂ ਦੀ ਇੰਟੈਂਸਿਟੀ ਸੇਮ ਹੋਏਗੀ, ਅਤੇ ਸਾਰੀਆਂ ਜਿੰਨੀਆਂ ਡਾਰਕ ਫਰਿੰਜ ਉਹਨਾਂ ਦੀ ਇੰਟੈਂਸਿਟੀ ਕੀ ਹੋਏਗੀ, ਉਹ ਡਾਰਕ ਹੀ ਹੋਣਗੀਆਂ। ਠੀਕ ਹੈ, ਇੰਟੈਂਸਿਟੀ ਉਹਨਾਂ ਦੀ ਵੀ ਸਾਰਿਆਂ ਦੀ ਸੇਮ ਹੋਏਗੀ, ਆਹ ਡਾਰਕ ਵਾਸਤੇ ਰਿਪ੍ਰਜੈਂਟ ਕੀਤਾ, ਡਿਸਟਰਕਟਿਵ ਇੰਟਰਫੇਰੈਂਸ। ਠੀਕ ਹੈ ਜੀ, ਨੈਕਸਟ ਹੈਗਾ ਜੀ ਇੰਟਰਫੇਰੈਂਸ ਪੈਟਰਨ ਵਿਦ ਵਾਈਟ ਲਾਈਟ। ਜੇ ਵਾਈਟ ਲਾਈਟ ਲਈ ਆਪਾਂ ਹੈ ਨਾ, ਅਤੇ ਵਾਈਟ ਲਾਈਟ ਕੋਲ ਕੀ ਸੈਵਨ ਕਲਰ ਹੁੰਦੇ ਨੇ, ਫਿਰ ਉਹ ਮੋਨੋਕ੍ਰੋਮੈਟਿਕ ਨਹੀਂ ਨਾ ਰਹਿ ਗਈ, ਉਹਦੇ ਇੱਕ ਤੋਂ ਜ਼ਿਆਦਾ ਵੇਵਲੈਂਥ ਆ, ਹੈ ਨਾ, ਫਿਰ ਕੀ ਹੋਏਗਾ, ਵੇਵਲੈਂਥ ਸਭ ਤੋਂ ਘੱਟ ਕਿਹਦੀ ਹੋਏਗੀ, ਵਾਇਲਟ ਕਲਰ ਦੀ ਹੋਏਗੀ, ਅਤੇ ਜਿੰਨੀ ਘੱਟ ਵੇਵਲੈਂਥ ਆ ਉਨੀ ਵਿੜਥ ਕੀ ਹੋਏਗੀ, ਘੱਟ ਹੋਏਗੀ। ਸਿੰਸ ਦਾ ਵਾਇਲਟ ਕਲਰ ਹੈਜ਼ ਲੋਵੈਸਟ ਲੈਂਬਦਾ, ਦਾ ਕਲੋਜੈਸਟ ਫਰਿੰਜ ਔਨ ਆਈਦਰ ਸਾਈਡ ਆਫ ਦਟ ਸੈਂਟਰਲ ਵਾਇਲ ਫਰਿੰਜ ਇਜ਼ ਵਾਇਲਟ। ਜਿਹੜਾ ਸੈਂਟਰ ਵਾਲਾ, ਸੈਂਟਰ ਵਾਲਾ ਮੇਰਾ ਮੈਕਸੀਮਮ ਬ੍ਰਾਈਟ ਆਇਆ ਸੀ ਇੱਥੋਂ ਸੈਂਟਰ 'ਤੇ। ਹੁਣ ਬੀਟਾ ਕੀ ਹੈਗਾ, ਲੈਮਡਾ ਕੈਪੀਟਲ ਡੀ ਓਵਰ ਸਮਾਲ ਡੀ, ਜੇ ਲੈਮਡਾ ਦੀ ਵੈਲਿਊ ਸਮਾਲ ਆ ਤਾਂ ਬੀਟਾ ਵੀ ਕੀ ਹੋਣਾ, ਸਮਾਲ ਹੋਣੀ, ਬੀਟ ਤਾਂ ਘੱਟ ਹੋਣੀ ਆ, ਉਹ ਇਹਦੇ ਕਲੋਜ਼ ਹੋਣੀ ਆ ਸੈਂਟਰਲ, ਹਾਂ ਮੈਕ ਵਾਇਲਟ ਹੋਏਗੀ, ਵਾਇਲਟ ਕਲਰ ਦੀ ਹੋਏਗੀ ਫਰਿੰਜ। ਅੱਗੇ ਵਾਈਲ ਦਾ ਫਾਰਦਰ ਫਰਿੰਜ ਇਜ਼ ਰੈਡ ਆਫਟਰ ਫਲੂ ਫਰਿੰਜ ਦਾ ਇੰਟਰਫੇਰੈਂਸ ਪੈਟਰਨ ਇਜ਼ ਲੋਸਟ ਡਿਊ ਟੂ ਲਾਰਜ ਓਵਰਲੈਪਿੰਗ ਆਫ ਫਰਿੰਜਿਸ। ਜਿਹੜਾ ਹੁਣ ਵੇਵਲੈਂਥ ਰੈੱਡ ਦੀ ਆ ਉਹਦੀ ਜ਼ਿਆਦਾ ਵਾ, ਉਹਦੀ ਵਿੜਥ ਵੀ ਕੀ ਹੋਏਗੀ, ਜ਼ਿਆਦਾ ਹੋਏਗੀ, ਉਹਨੇ ਦੂਰ ਹੋਣਾ ਇਹਨਾਂ ਤੋਂ ਸੈਂਟਰਲ ਮੈਕਸੀਮਾ ਤੋਂ। ਠੀਕ ਹੈ ਜੀ, ਆਹ ਰੈੱਡ ਦੂਰ ਹੋਏਗੀ, ਵਾਇਲਟ ਵਾਇਲਟ ਕਲੋਜ਼ ਹੋਏਗਾ ਸੈਂਟਰ ਵਾਇਜ਼।
ठीक है जी। अगे मैं आ देख लाँगा टॉपिक हैगा कि नहीं हैगा, जो होगा सिलेबस तो मैं करवा दाँगा। नैक्सट जी आप गल करते हैं वो हैगी डिफ्रैक्शन।